ਕਿਤਾਬ ਦੇ ਕਾਬਲ ਵੀ ਨਹੀਂ ਹੋ, ਮੈਨੂੰ ਬਤਾ ਗਈ ਹੈ। ਅਦਾ ਕਾਗਜ਼ ਚਾਹ ਕੇ ਕਲਮ ਚਾਹ ਕੇ ਮੈਂ ਲਿਖਣ 'ਤੇ ਮਜਬੂਰ ਹੋ ਗਿਆ, ਕਾਗਜ਼ ਚਾਹ ਕੇ ਕਲਮ ਚਾਹ ਕੇ ਲਿਖਣ 'ਤੇ ਮਜਬੂਰ ਹੋ ਗਿਆ। ਕੀ ਪੇ ਲਿਖਦੇ ਨੇ ਇਕਬਾਲ ਸਾਹਿਬ, ਪਿਆ ਦਿਨ ਯੂੰ ਤੋ ਖੁਦਾ ਸੇ ਮੰਗਨੇ ਜੰਨਤ ਚਲਾ ਥਾ ਮੈਂ, ਬਸ ਕਰਬਲਾ ਕੋ ਦੇਖ ਕੇ ਨੀਅਤ ਬਦਲ ਗਏ। ਮਾਲਕ ਅਲੀ ਰਾਜਾ ਹੁਸੈਨ ਹਚਾਓ ਹੈਦਰੀ, ਮੈਂ ਕੀ ਆਖਿਆ ਤੂੰ ਆਖੀ ਸੁਣੀ, ਯੂੰ ਤੋ ਖੁਦਾ ਸੇ ਮੰਗਨੇ, ਪੜ੍ਹਦੇ ਨਾ ਪੜ੍ਹਦੇ ਨਾ ਪੜ੍ਹਦੇ ਨਾ, ਯੂੰ ਤੋ ਖੁਦਾ ਸੇ ਮੰਗਨੇ ਜੰਨਤ ਚਲਾ ਥਾ ਮੈਂ, ਬਸ ਕਰਬਲਾ ਕੋ ਦੇਖ ਕੇ। ਨੀਅਤ ਬਦਲ ਗਈ, ਸੌਖਾ ਨਹੀਂ ਬਣਿਆ ਮੁਹੱਲਾ। ਅਕਬਰ ਦੇ ਜਿਗਰ ਦਾ ਖੂਨ ਲੱਗਾ, ਕਾਸਮ ਦੇ ਟੁਕੜੇ ਲੱਗੇ, ਅਬਾਸ ਦੇ ਬਾਜ਼ੂ ਲੱਗੇ, ਅਸਗਰ ਦੇ ਗੱਲ ਦੀ ਤਤਹੀਰ ਲੱਗੀ। ਜਿਹੜਾ ਮੁੜ ਕੇ ਵੇਹਦਾ ਪਿਆ ਉਹਦੇ ਨਾਲ ਗੱਲ ਨਹੀਂ, ਜਿਹੜਾ ਮੈਨੂੰ ਵੇਹਦਾ ਪਿਆ ਮੈਂ ਉਹਦੇ ਵਾਸਤੇ ਗੱਲ ਪਿਆ ਕਰਦਾ। ਹੁਸੈਨ ਦਾ ਸਰ ਲੱਗਾ, ਤੇਰੇ ਮੂੰਹ ਚੋਂ ਹਾਏ ਨਾ ਨਿਕਲੇ, ਤੂੰ ਸਭ ਤੋਂ ਬੈਠੇ ਕਿਉਂ ਮੈਂ ਬਬਰੀ, ਅਦਬ ਦਾ ਜੁਮਲਾ ਇਸ ਤੋਂ ਸੋਹਣਾ ਮੇਰੀ ਜ਼ਾਕਰੀਏ, ਇਸ ਮਕਾਮ ਦਾ ਕੋਈ ਨਹੀਂ, ਸ਼ਬੀਰ ਦੇ ਸਰ ਤੋਂ ਕੀਮਤੀ, ਆਲੀਆ ਦੇ ਸਿਰ ਦੀ ਚਾਦਰ ਲੱਗੀ। ਵਾਹ ਹਾਏ ਕਰਨ ਵਾਲੇ, ਵਾਹ ਵਹਿਣ ਕਰਨ ਵਾਲੇ, ਲਓ ਇੰਤਜ਼ਾਰ ਮੈਂ ਨਾ ਕਰਾਵਾਂ, ਚੋਖਾ ਪੜ ਗਿਆ ਚੋਖਾ ਪੜ ਗਿਆ, ਕਿ ਜੁਮਲਾ ਮਾਤਮ ਦਾ ਤੇਰੇ ਹਵਾਲੇ ਕਰਾਂ, ਤੇ ਤੁਸੀਂ ਰਲਾ ਲਵੇ ਮੇਰੇ ਨਾਲ। ਹੁਸੈਨ ਜੋ ਪੜ੍ਹਿਆ ਮੇਰਾ ਦਿਲ ਪਿਆ ਕਰਦਾ, ਮੈਂ ਸ਼ਬੀਰ ਗਰੀਬ ਦੀ ਗੁਰਬਤ ਚੂ ਇੱਕ ਵਹਿਣ ਇਹਨਾਂ ਦੇ ਬਾਬਾ ਜੀ ਹਵਾਲੇ 'ਚ ਕਰਾਂ, ਸ਼ਬੀਰ ਦੇ ਸਰ ਤੂੰ ਕੀਮਤੀ, ਆਲੀਆ ਦੇ ਸਿਰ ਦੀ ਚਾਦਰ ਲੱਗੀ। ਭੁੱਲ ਜਾਵੀ ਮੇਰੀ ਚੰਨਾ ਸਾਰੀ ਮਜਲਤ, ਮੇਰਾ ਜੁਮਲਾ ਤੁਹਾਡੀ ਨਕਲੀ ਭੁੱਲ ਗਈ, ਮੈਨੂੰ ਅੰਦਰੂ ਅਰਮਾਨ ਲੱਗ ਸੀ ਮੁਹੱਲਾ ਮੁੜ ਵੀ ਨਾ ਬਣਿਆ। ਕਰੋ ਮੇਰੇ ਤੇ ਸਵਾਲ ਸੈਦ ਹੁਸੈਨ ਦਾ ਜ਼ਿਕਰ, ਦੱਸ ਤੇ ਸਹੀ ਮੁਹੱਲਾ ਕਿਹੜੇ ਵੇਲੇ ਬਣਿਆ ਹੈ? ਮੁਹੱਲਾ ਬਣਿਆ 11 ਮੁਹਰਮ ਵਾਲੇ ਦਿਹਾੜੇ, ਜਦੋਂ ਅਲੀ ਦੀ ਧੀ ਭਰਾ ਦੀ ਮਖਤਲ ਵਿੱਚ ਖਲੋ ਕੇ 55 ਸੈਦ ਜ਼ਾਦੀਆਂ ਦੀਆਂ ਕਲਾਈਆਂ ਦਾ ਖੂਨ ਦਿੱਤਾ। ਸ਼ਾਬਾਸ਼ ਸ਼ਾਬਾਸ਼, ਜਿਹੜਾ ਬੰਦਾ ਹੱਥ ਰੱਖਦਾ ਇਹ ਤੋਂ ਸਮਾਤਮ ਨਹੀਂ ਕੀਤਾ, ਯਾ ਉਹ ਅਮੀਰੇ ਗੱਲ ਸਮਝ ਨਹੀਂ ਆਈ ਜੋ ਮੈਂ ਕੀ ਆਖਿਆ। ਮੁਹੱਲਾ ਬਣੇ 11 ਮੁਹੱਰਮ ਵਾਲੇ ਦਿਹਾੜੇ, ਜੀ ਕਰਾਂ ਮੇਰੀ ਨੌਕਰੀ ਹੈ, ਜੀ ਕਰਾਂ ਮੇਰੀ ਨੌਕਰੀ ਹੈ। ਮੁਹੱਲਾ ਬਣਿਆ ਵੀ ਹੁਣ 11 ਮੁਹੱਰਮ ਵਾਲੇ ਦਿਹਾੜੇ, ਜਦੋਂ ਅਲੀ ਦੀ ਧੀ ਭਰਾ ਦੀ ਮਖਤਲ ਵਿੱਚ ਖਲੋ ਕੇ 55 ਸੈਦ ਜ਼ਾਦੀਆਂ ਦੀਆਂ ਨਜ਼ਾਏ ਨਹੀਂ ਕੀਤੀ, ਨਹੀਂ ਸਮਝ ਆਈ ਜੋ ਮੈਂ ਕੀ ਅਦਾ ਕਲੋਤਾ। ਰੱਲੀ ਮੇਰੇ ਨਾਲ ਇੱਕ ਮਾਤਮੀ ਬਹਿਣ ਹੈ, ਮੇਰਾ ਦਿਲ ਪਿਆ ਕਰਦਾ ਮੈਂ ਤੇਰੇ ਮਜਵੇ ਤੱਕ ਪਹੁੰਚਾਵਾਂ ਜੋ ਉਹ ਸਤਰ ਮੈਂ ਸਮਝਾ ਸਕਿਆ। ਤੂੰ ਬੜਾ ਰੋਸੇ ਬਹਿਣ ਕਰਕੇ ਰੋਣ ਵਾਲੇ ਅਜ਼ਾਦਾਰ, ਹਾਏ ਕਰਕੇ ਰੋਣ ਵਾਲੇ ਅਜ਼ਾਦਾਰ, ਅੱਲਾ ਕਰੇ ਚੰਗੇ ਅਸਗਰ ਔਰ ਚੰਗੇ ਅਕਬਰ ਦਾ ਰਲਾ ਕੇ ਬਾਬਾ ਜੀ ਮੈਂ ਇੱਕ ਬਹਿਣ ਪੜ੍ਹਦਾ। ਜੋ ਚੰਗੇ ਅਸਗਰ ਕਿਆ ਹੈ, ਚੰਗੇ ਅਕਬਰ ਕਿਆ ਹੈ, ਛੋਟੀ ਜੰਗ ਕਿਹੜੀ ਹੈ, ਵੱਡੀ ਜੰਗ ਕਿਹੜੀ ਹੈ, ਇੱਜ਼ਤਦਾਰ ਅਜ਼ਾਦਾਰਾਂ, ਪੰਜ ਚੀਜ਼ਾਂ ਸ਼ਬੀਰ ਦੀਆਂ ਏਡੀਆਂ ਕੀਮਤੀਆਂ ਹਨ ਜਿਹੜੀਆਂ ਅਰਬ ਵਿੱਚ ਹੋਰ ਕਿਸੇ ਕੋਲ ਕੋਈ ਨਾ। ਘੋੜਾ ਹੁਸੈਨ ਦਾ ਟਾਈਮ ਜੋ ਇਹੋ ਜਿਹਾ ਹੋਇਆ ਖਲੋਤਾ, ਤੇ ਉਹ ਵਹਿਣ ਪੜਦਾ, ਫਜ਼ੈਲ ਵੀ ਇਹੋ ਜਿਹਾ ਮੂੰਹ ਚੋਂ ਨਿਕਲ ਗਿਆ, ਚਾਨਾ ਜਦੋਂ ਜੁਮਲੇ ਥਾਈ ਪੜਾ। ਘੋੜਾ ਹੁਸੈਨ ਦਾ, ਤਲਵਾਰ ਹੁਸੈਨ ਦੀ, ਨਾਲੈਨ ਹੁਸੈਨ ਦੀ, ਅਦਬ ਸੁਣ ਕੇ ਨਿੰਦੀ ਹਾਏ ਨਿਕਲਦੀ ਏ, ਇਸ ਤੋਂ ਸੋਹਣਾ ਜੁਮਲਾ ਅਦਬੀ ਹਵਾਲੇ ਨਾਲ ਮੇਰੇ ਕੋਲ ਇਸ ਮਕਾਮ ਦਾ ਨਹੀਂ। ਘੋੜਾ ਹੁਸੈਨ ਦਾ, ਤਲਵਾਰ ਹੁਸੈਨ ਦੀ, ਨਾਲੈਨ ਹੁਸੈਨ ਦੀ, ਜਾਣਦੇ ਹੋ ਜੋ ਮੁਲਕ ਵਿੱਚ ਮੈਂ ਜੁਮਲਾ ਕਿਹਾ ਤੇ ਅਦਾਦਾਰਾਂ ਬੜਾ ਪੁਰਸਾ ਦਿੱਤਾ ਹੈ, ਮੁੰਦਰੀ ਹੁਸੈਨ ਦੀ। ਯਾ ਸੈਯਦਾ ਯਾ ਸੈਯਦਾ, ਮੰਗ ਲਵਿਆ ਬੇਚਨ ਝੋਲੀ ਫੈਲਾ ਕੇ, ਮੰਗ ਲਵਿਆ ਝੋਲੀ ਫੈਲਾ ਕੇ, ਗਰਮੀਏ ਤੇਰਾ ਇਮਤਿਹਾਨ ਨਹੀਂ ਲੈਣਾ, ਇੱਕ ਵਹਿਣ ਤੇਰੇ ਤੇ ਜਿਤਨੀ ਬਣੀ ਬਾਬਾ ਜੀ ਅੱਗੋ, ਮੁੰਦਰੀ ਹੁਸੈਨ ਦੀ। ਜਿਹੜਾ ਬੰਦਾ ਮੈਨੂੰ ਵੇਂਦਾ ਪਿਆ ਸੈਯਦ, ਮੈਂ ਉਹਦੇ ਵਾਸਤੇ ਅਗਲਾ ਜੁਮਲਾ ਅੱਗਾਂ, ਇੱਕ ਵਾਰੀ ਮੈਨੂੰ ਵੇਖੋ ਮੈਂ ਸਤਰ ਅੱਖਾਂ, ਕਮਰ ਬੰਦ ਹੁਸੈਨ ਦਾ। ਈਰਾਨ ਕੀ ਸ਼ਹਿਜ਼ਾਦੀ ਕਿਤਾਬ ਦਾ ਨਾਂ ਹੈ ਪੰਜ ਇਜ਼ਾਮ, ਬਾਦਸ਼ਾਹ ਸਜਾਦ ਦਿਆਂ ਨਾਨਕਿਆਂ ਸ਼ਬੀਰ ਨੂੰ ਤੋਹਫੇ ਦਿੱਤੀਆਂ। ਅਜ਼ਾਦਾਰਾਂ, ਉਹ ਇਹਦੇ ਚੋਂ ਤਰੇ ਚੀਜ਼ਾਂ ਸ਼ਬੀਰ ਦੇ ਬਦਨ ਨਾਲ ਮੁਤਸਿਲ ਰਹਿੰਦੀਆਂ, ਹਰ ਵਕਤ ਬਾਈ ਜੀ ਮੁਤਸਿਲ ਰਹਿੰਦੀਆਂ। ਕਿਆ? ਮੁੰਦਰੀ, ਕਮਰਬੰਦ,
ਨਾ ਲੈਣ। ਜ਼ਾਕਰੀਨ ਤੂੰ ਸੁਣ ਸੁਣ ਕੇ ਤੇਰਾ ਹਨ ਦਾ ਜ਼ਖੀਰਾ ਮੁੱਕ ਗਿਆ ਹੋਵੇ, ਅਕਬਰ ਦੇ ਬਾਬੇ ਦੀ ਗੁਰਬਤ ਤੇ ਨਹੀਂ ਮੁੱਕੀ। ਇਹ ਤਰੇ ਚੀਜ਼ਾਂ ਕੀਮਤੀ ਇਤਨੀਆਂ ਹਨ, ਇਹਨਾਂ ਦੀ ਕੀਮਤ ਦੀ ਵਜ੍ਹਾ ਤੋਂ ਮੁਸਲਮਾਨਾਂ ਸ਼ਾਮੇ ਗਰੀਬਾਂ ਆਲੀਆ ਦੇ ਵੀਰ ਦੀ ਲਾਸ਼ ਲੁੱਟ ਲਈ ਹੈ। ਆਦਰਪੁਰ ਲਿਆਓ, ਇਸ ਤੋਂ ਵੱਡਾ ਅਗਰ ਕੋਈ ਮਸਹਿਬ ਹੈ ਤੇ ਬੰਦਾ ਮਿੰਬਰ ਤੇ ਖਲੋ ਕੇ ਪੜ੍ਹੇ ਤੇ ਮੈਨੂੰ ਦੱਸੇ ਚਾਹੇ, ਇਸ ਤੋਂ ਵੱਡਾ ਕਿਹੜਾ ਮਸਹਿਬ ਹੋ ਸਕਦਾ ਹੈ? ਮੁਸਲਮਾਨਾਂ ਚੰਨਾ ਆਲੀਆ ਦੇ ਵੀਰ ਦੀ ਮਾਦਮੀ ਬਜ਼ੁਰਗ ਲਾਸ਼ ਲੁੱਟ ਲਈ ਆਈ। ਜਿਸ ਹਾਈ ਕੋਈ ਨਹੀਂ ਕੀਤੀ, ਮੈਂ ਉਹਦੇ ਵਾਸਤੇ ਜੁਮਲਾ ਕਾਮ ਮੰਜ਼ਲ ਏ ਸੋਗ ਤੇ ਸ਼ਬੀਰ ਦੇ ਡੇਰੇ ਮੇਰੇ ਹੁਸੈਨ ਕਮਰ ਬੰਦ ਲਾਇਆ। ਤੇਰੀ ਸੋਗ ਤੋਂ ਪਹਿਲੇ ਮੈਂ ਬੈਣ ਕਰਨਾ ਚਾਹੁੰਦਾ, ਕਮਰ ਬੰਦ ਲਾਇਆ ਜਮਾਲ ਚਾਇਆ। ਅਦਾ ਕਿਹੜਾ ਸੋਹਣਾ ਹੈ, ਕਿਹੜੇ ਸੋਹਣੇ ਹੀਰੇ ਨੇ, ਕਿਹੜੇ ਸੋਹਣੇ ਲਾਲੋ ਗੋਹਰ ਨੇ। ਇਹ ਮੈਂ ਲੱਭ ਪਵੇ, ਮੈਂ ਤੇ ਕਿਸੇ ਮੁਲਕ ਦਾ ਬਾਦਸ਼ਾਹ ਬਣ ਜਾਵਾਂ। ਬਤੂਲ ਦਾ ਚੰਨ ਦੇ ਸੱਜੇ ਪਾਸੇ ਨਾ ਲਾ ਖਲੋਤਾ ਹੈ। ਅਦੇ ਮੁੱਲਾ ਤੁਹਾਡਾ ਕਮਰ ਬੰਦ ਏ ਤੇ ਰੱਖ ਲਓ। ਬਹਾਦਰਪੁਰ ਵਾਲਿਓ, ਇੱਥੇ ਇੱਕ ਸ਼ਬੀਰ ਗੱਲ ਕੀਤੀ ਜਿਹੜੀ ਸਨ ਕਬਰ ਦੀ ਕਦ ਤਾਂ ਨਹੀਂ ਭੁੱਲਣੀ। ਹੁਸੈਨ ਮੂੰਹ ਦੂਏ ਪਾਸੇ ਕਰਕੇ ਪਿਆ ਦੇ, ਜਮਾਲ ਪਿਆਰੇ ਹੀ ਤੇ ਹੁਣ ਰੱਖ ਲੈ। ਮੈਂ ਤੇ ਇੰਤਜ਼ਾਰ ਪਿਆ ਕਰਦਾ ਬੇ ਮਾਤਮੀ ਸਾਰੇ ਰਲੇ ਆਵਣ ਮਜਲਸ ਦੇ ਵਿੱਚ। ਇਤਨੀ ਵਾਰੀ ਆਖੋ ਪਿਆਰੇ ਹੀ ਹੁਣ ਰੱਖ ਲੈ। ਸੈਯਦ ਆਦੇ ਉਦੋਂ ਨਾਮੀ ਮੁੱਲਾ ਦੇ ਨਗਲ ਜੁਮਲੇ ਤੱਕ ਸਮਝਣ ਦੀ ਵੀ ਮਨ ਤੱਕ ਆ, ਪਿਆਰੇ ਹੀ ਹੁਣ ਰੱਖ ਲੈ। ਸ਼ਬੇ ਆਸ਼ੂਰ ਹੁਸੈਨ ਚਿਰਾਗ ਬੁਝਾ ਕੇ ਆਫਤਾਬ ਰੋਸ਼ਨ ਕੀਤੇ, ਆਫਤਾਬ ਰੋਸ਼ਨ ਕੀਤੇ। ਜਿੰਨਾ ਜਾਣਾ ਹੀ ਉਹ ਟੁਰ ਗਏ ਅਜ਼ਾਦਾਰ ਜ਼ੇਨਿਰ ਦਰਦ ਦੀ ਇੱਕ ਥੋੜ੍ਹੀ ਜੀ ਉਹ ਰਸਤਾ ਜਿਹੜਾ ਮੈਂ ਚਾਹੁੰਦਾ ਮਜ਼ਮੂਨ ਦਾ ਉਹ ਬਣ ਜਾਵੇ ਅਤੇ ਵੱਧ ਵਹਿਣ ਚ ਕਰਾਂ ਮੰਜ਼ਲ ਅਲੀ ਜਾ ਦਾ। ਜਮਾਲ ਟੁਰਿਆ, ਸ਼ਬੀਰ ਸੱਦ ਮਾਰਿਆ, ਜਮਾਲ ਜੀ ਮੌਲਾ ਵਾਪਸ ਆ, ਕਰੀਬ ਆਇਆ। ਅਕਬਰ ਜੀ ਬਾਬਾ, ਸਜਾਦ ਜੀ ਬਾਬਾ, ਅਬਾਸ ਜੀ ਆਕਾ, ਖੈਮੇ ਤੋਂ ਬਾਹਰ ਜਾਓ। ਤਰਵਾਂ ਨੂੰ ਖੈਮੇ ਤੋਂ ਬਾਹਰ ਕੱਢ ਕੇ ਸ਼ਬੀਰ ਅਦੇ ਜਮਾਲ ਨੇੜੇ ਆ, ਹਬੀਬ ਚਿਰਾਗ ਚਾ, ਹਬੀਬ ਚਿਰਾਗ ਚ ਆਇਆ, ਨੇੜੇ ਲੈ ਆਇਆ। ਸ਼ਬੀਰ ਅਦੇ ਮੇਰੇ ਬਦਨ ਤੇ ਗੌਰ ਕਰ, ਜਿਹੜੀ ਜਿਹੜੀ ਸ਼ੈ ਆਖੇ ਮੈਂ ਹੁਣ ਲਾ ਦੇਵਾਂ। ਜਦ ਬੰਦੇ ਦੀ ਤਵੱਜੋ ਹੀ ਨਹੀਂ ਉਹਦੇ ਵਾਸਤੇ ਮੈਂ ਕਿਹੜੀ ਮਸਹਿਬ ਦੀ ਸਤਰ ਪੜਾ। ਜਦ ਬੰਦੇ ਦਾ ਜ਼ਹਿਰ ਹਾਜ਼ਰ ਏ, ਵਹਿਣ ਮੈਂ ਬਹਾਦਰ ਪੁਰ ਲਿਓ ਪੜਨਾ। ਤੂੰ ਜਾਣਦਾ ਜੋ ਸੈਣ ਤੂੰ ਮੰਗੀ ਖੈਰਾਤ ਦੇ ਦੇ ਸਤਰ ਮੈਂ ਸਹੀ ਅਦਾ ਕਿਹੜਾ ਚੰਨਾ, ਜੋ ਜੋ ਆਖੇ ਹੁਣ ਲਾ ਦੇਵਾਂ। ਸੈਯਦ ਆਦੇ ਉਦੋਂ ਨਾ ਆਵੀ, ਸੈਯਦ ਆਦੇ ਉਦੋਂ ਨਾ ਆਵੀ, ਤੂੰ ਸਮਝ ਗਿਆ। ਲਓ ਜੀ ਇਤਨ ਤਾਈ ਆਈ ਮਜ਼ਮੂਨ ਦੀ ਤਮਹੀਦ, ਤਮਹੀਦ ਮੁੱਕ ਗਈ ਤੇ ਮੈਂ ਵਹਿਣ ਤੱਕ ਤੈਨੂੰ ਪਹੁੰਚਾਵਾਂ। ਜ਼ਾਕਰੀ ਚਾਹੁੰਦਾ ਅਦਬ ਦਾ ਲਫ਼ਜ਼, ਉਹ ਬੰਦੇ ਨਾ ਸਮਝਣ ਵੱਧ ਹੁੰਦੀ ਹੈ ਰਿਵਾਇਤ। ਰਿਵਾਇਤ ਦੀ ਜ਼ਾਕਰੀ ਮੁਸ਼ਕਲ ਹੈ, ਤਸਲਸਲ ਵਾਲੇ ਫਿਕਰ ਜਿਹੜੇ ਨੇ ਉਹ ਆਸਾਨ ਹੁੰਦੇ। ਮੈਂ ਤੈਨੂੰ ਲਫ਼ਜ਼ ਅਦਬ ਦਾ ਸਮਝਾਵਾਂ। ਚੜਿਆ ਦਾ ਮੁਹੱਰਮ ਦਾ ਦੇ ਸਾਰਾ ਦੇ ਨਿਮਾਜ਼ੀ ਮਾਰਦੇ ਰਹੇ, ਨਿਮਾਜ਼ ਕੁਸਦੀ ਰਹੇ। ਵਾਹ ਤੇਰੇ ਹਾਇ ਕਰਨ ਤੋਂ ਸਦਕੇ, ਵਾਹ ਤੇਰੀਆਂ ਵਹਿਣਾ ਤੋਂ ਸਦਕੇ, ਵੀਰਣ ਸਾਰਾ ਦਿਨ ਨਿਮਾਜ਼ੀ ਮਾਰਦੇ ਰਹੇ ਯਾ ਸੈਯਦਾ, ਨਿਮਾਜ਼ ਕੁਸਦੀ ਰਹੀ, ਹਾਜੀ ਮਾਰਦੇ ਰਹੇ ਤੇ ਕਾਬਾ ਮਰੀਂਦਾ ਰਿਹਾ। ਅਗਲਾ ਜੁਮਲਾ ਤੁਸੀਂ ਚਿੱਟੀਆਂ ਦਾੜੀਆਂ ਨੇ ਜਿਹੜੇ ਬੈਠੇ ਹੋ ਤੁਸੀਂ ਬੋਲ ਕੇ ਪੂਰਾ ਕਰਨਾ ਹੈ। ਕਾਰੀ ਮਾਰਦੇ ਰਹੇ ਕੁਰਾਨ, ਬੋਲੋ ਮੇਰੇ ਨਾਲ ਸਾਰੇ ਬੋਲੋ, ਕਾਰੀ ਮਾਰਦੇ ਰਹੇ ਕੁਰਾਨ ਕੁਸਦਾ ਰਿਹਾ। ਭੱਟੀ ਸਾਹਿਬ ਦਾ ਜੁਮਲਾ, ਜ਼ਾਕਰੀ ਦੀ ਲੱਜ ਔਰ ਜ਼ਾਕਰੀ ਦਾ ਕੱਚ, ਕਿਬਲਾ ਅਹਿਮਦ ਬਖਸ਼ ਭੱਟੀ ਮਰਹੂਮ, ਉਹਨਾਂ ਦਾ ਫਿਕਰ ਹੈ ਉਹਦੇ ਨਾਲ ਰਬੇ ਜੰਗਾਂ ਹੁੰਦੀਆਂ, ਤਲਵਾਰ ਦੀ ਜੰਗ ਆਈ ਜਲਦੀ ਮੁਕਦੀ ਨਹੀਂ, 6 ਮਹੀਨੇ ਸਾਲ 2 ਸਾਲ ਲੰਮੀਆਂ ਜੰਗਾਂ ਹੁੰਦੀਆਂ। ਵਾਹਿਦ ਕਰਬਲਾ ਦੀ ਜੰਗ ਹੈ ਜਿਹੜੀ ਅਰਬ ਦੀ ਐਡੀ ਤੇਜ਼ ਤੇ ਤਰੀਕੀ ਜੰਗ ਹੋਈ, ਬਜ਼ੁਰਗਾਂ ਦੇ ਚੜਿਆ ਤੇ ਸ਼ੁਰੂ ਹੋਈ, ਦੇ ਲੱਥਾ ਮੁੱਕ ਗਈ। ਜਿਤਨੇ ਮਜਲਸ ਜਵਾਨ ਬੈਠੇ ਹੋ ਮੇਰੇ ਹਮ ਉਮਰ, ਜਿਨ੍ਹਾਂ ਦੀ ਮਸ ਲੈ ਪਈ ਹੈ, ਗੱਲਾਂ ਦੀ ਪਈ ਹੈ, ਫਿਕਰਾਂ ਵੀਰਣ ਤੁਹਾਡੇ ਹਿੱਸੇ ਦੇ, ਤੁਸੀਂ ਸੋਹਣਾ ਕਰਕੇ ਸਤਰ ਦਾ ਇਸਤਕਬਾਲ ਕਰਿਆ ਹੈ, ਕਿਸੇ ਦੀ ਅਜ਼ਾਮ ਤੋਂ ਸ਼ੁਰੂ ਹੋਈ। ਕਿਸੇ ਦੇ ਸਰਦੇ ਤੇ ਮੁੱਕ ਗਈ, ਜਿਤਨੀ ਮੇਰੀ ਅੱਖ ਕਿਸੇ ਦੀ ਅਜ਼ਾਨ ਤੋਂ ਸ਼ੁਰੂ ਹੋਈ, ਕਿਸੇ ਦੇ ਸਰਦੇ ਤੇ ਮੁੱਕ ਗਈ। ਜਦੋਂ ਦਾ
ذکر بنیا میری ہون آکے سال جدو شام گیا کل دے پہلے دے کوشش ہوئی جو میں مخدرات عظمت دے نام نہ تلاوت کرا میں چاننا میں تے ندب نل سمجھا دے وا میری ذکری ہے اس تو بڑا ویر مسیب کوئی نہیں اگو ہر بندے دا نصیب تے قسمت دے چڑیا تے شروع ہوئی دے لتھا تے بک گئی اسے دی ادان تو شروع ہوئی کسے دے سردے تے بک گئی اکبر دی برچی تو شروع ہوئی آلیہ دی چادر تے بڑا امیر ہے او بندہ جڑا ہاتھ رکھدا اے تے سماتم نے کیتا بڑا وڈا ہے او بندہ جڑا ہاتھ رکھدا اے تے سماتم نے کیتا جس بندے اج نہ ہائی کیتی ہوے میں بزرگ اگلی زدہ رکھاں کال سم دے سریا تو شروع ہوئی حسین دی بھی دے دار تے وہ گئی پتہ نہیں پوری مجلس وچوں میں چن کے جتنے بندے ماتم کر دے بیٹھے ہو میں انہاں واسطے ذوالقرنین سر کے جملہ کر لگا پچھو لے کے آخری پلیا تک میری مجلس دی جو سطر نہ بھول جاوے بندے شبیر غریب آئی او حسین غریب نہیں شبیر ایڈا امیر آئی جن دی ایک دھی دا تاج لٹن تے 9 لاکھ دے 3 گھنٹے لگ گئے جیڑا بھی لٹن آیا ہے خالی ہاتھ نہیں گیا کوئی ہتھا دے زیور لے گیا کوئی گل دے زیور لے گیا کوئی کنا ہن رنے او اللہ جل یا امام زمانہ اللہ جل جی کراں جی کراں جی میری نوکری لکھ واری ہو گئی اوے ماں جماعت سارے شبیر ایڈا امیر آئی دندی ایک دھی دا تاج لٹن تے واہ وین کرن والے ایک دھی دا تاج لٹن تے 9 لاکھ دے 3 گھنٹے لگ گئے کوئی ہتھا دے زیور لے گیا ہن جے ماتم تے جڑ گئے ہو تے وین اکا کربلا گام دی شادی گل اے کوئی 2-3 سال پہلے میں پڑھدا پے بابا جی ممبر تے ائی مولوی کرامت حیدری میرے دامن ہاتھ پا کے غلام بس کی اکے میں کہہ دی اکبر دی برچی تو شروع علی دی چادر تے مو گئی ہن میرے والے نے کہے مولوی منہ تے پیڑ گیا دے مجمع نو دس غازی دی چوک تو شروع ہوئی معصوما دے درا تے جس اشارہ نہیں سمجھیا ان کی پتہ ہے میں مذہب کی میں پڑھے ہے غازی دی چوک تو آخر تک بندے رل دیو میں مکان دے میرے بابا جی انہاں دے گریے دی قسم جی چنا غازی دی چوک تو شروع ہوئی معصوما دے درا تے مو گئی جے میں فرمایا ظلم دی حد مو گئی شبیر کا سر کاٹا بڑے جور و جفا سے او بندہ معافی مانگے علی دی بھی تو جڑا ہاتھ رکھے تے ماتم نہ کر سکے شبیر کا سر کاٹا بڑے جور و جفا سے چنیوٹی اندر ظلم دی حد مو گئی خنجر کو پونجنے لگا بی بی کی نگاہ سے جی کرا اللہ عزت دیوی ہاں میری نوکری ہے کر دیو ماں تم چھن پڑا ماں صاحب شبیر کا سر کاٹا بڑے جور و جفا سے اور ظلم دی حد مک گئی خنجر کو پوچھنے لگا بی بی کی ردا سے سناٹا ہوئے تے 3 منٹ دا نیا دے حسین معافی مانگ کے بہن اگا کمینہ دے خون دی بارش لتھی ادا میں ٹبے تو اٹھیا میرا ادبی جملہ سمجھے ہے بہادر پورا لیاں میں تھوڑی منت پہ کردا میری ستر دی قدر کری میں تے پن کے سین تو پڑھدا کلوتا مکانی بن کے ادا میں ٹبے تو اٹھیا ادا میں ٹر پیا میں ڈٹھے نہر تائیں بتول دا قرآن بکھریا ہویا ہی بابا دی قربان ہو جاواں تھوڑے سمجھن تو صدقے نہر تائیں بتول دا قرآن بکھریا ہویا ہی کر زین تیار تے بہن کرا دا اوتھے آیا یا سیدا جتھے ترٹے ہوئے نیزے جتھے ترٹیاں ہوئی تلواراں آدھا جتھے پتھراں دا ڈھیر کدے لے جاواں مقتل وچ جملہ کتا دے نال بہ کے میں ہٹائیں آدھا جویں کٹھا ہویا ہی او میں ستا ہویا ہی آدھا میں شبیر دی لاش سدھی کیتی آدھا چان دی چاننی پہ پاؤں دی آئی آدھا بھامے میں دشمن آئی ایک واری میری بھی ڈھا نکل گئی ہے آدھا میں غور نہ لبے کیا نا گھوڑے بھر دے رہے آئیں شبیر دے سینے دیا ہڈیاں ترڑ کے کنڈ دے نال لگ گیا
ਮਕਤਲ
किताब का नाम अदमा तो सकबा किताब का नाम मालियो सिबतैन किताब का नाम रियादल कुल किताब का नाम हुसैन के बाद पंजा छह किताबां दे हवाले नाल हुण अक्को ते रिवायत पढ़ा बोलो मेरे नाल अक्को ते रिवायत पढ़ा बोलो मेरे नाल अक्को ते रिवायत पढ़ा हराम दा दाद है जदों हाथ नहीं छुटिया मैं बन्नी और तलवार दा टुकड़ा चाया है आदर मैं ओ कम कीता है जड़ा डीगा दे ले शेमर कीता है हरामिया दे जानू चाह के मैं शबीर दे सीने दे रखिया है आदे तलवार दे नाल मैं अकबर दे प्यो दे हाथ कटने शुरू कीते आदे मैं जरब मारी है कटियां या बाहमा शबीर दिया जोड़ गई है अकल मार के आदे ओ बुद्धिया नाला काला भैना मातम करना ले दे कटियों या बाहमा जुड़ गया ना रो रो के आधा मत है और ना लाहा काल भैना या बनाए और मेरी लाज युते मोबाला ना लुका के कि मैं मिल सा भैन लो छड़ देवा या गली सतर पड़ा बोलो मेरे नाल होनते पूछ के पढ़ने होनते पढ़ना है इबादत हो गई बाबा ये पढ़ा चाह मुक गई जंगे असगर हुन जन मदद करी मुक गई जंगे असगर शुरू हो गई जंगे अकबर तेरो समझ आइए उस बंदे दा हाथ सीने ते आया बस चोया पहले मैं सैन नु पुरसा दे गजर पढ़ा मुक गई जुल्कर ने जंगे असगर माहौल बेहतर करो मैं खलोता मिंबर ते रुकिया 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 चलाओ 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 या हुसैन इंतजार है खलोता जी वो वैन पढ़ देना अगली सत्र में भरपूर पहुंचावना चाहना कटियां हुईं बाहां शबीर दियां जोड़ गईं ओ आदे अकबर दी लात मिन्नत नहीं कीती असगर दी वारी मिन्नत नहीं कीती कासम दी वारी मिन्नत नहीं कीती हुण तेरी मिन्नत पिया करदा ओ कमीनिया ना लाहा काल भैणा आ वड़ा है ओ मेरी लाश उते शामिल हो मेरे नाल शामिल हो मेरे नाल शामिल हो मेरे नाल ते सतर का या सैयदा रुक गया तेरी इबादत वास्ते अल्लाह करे सतर समझा लवा मुक गई जंगे असगर बाबा जी शुरू हो गई जंगे अकबर इज्जतदार लादारा जंगे असगर हाई शबीर दी लाश लुटी मण तक इतने सैयद बैठे हो बोल के जवाब दियो जंगे अकबर केड़ी है जंगे अकबर अली दी दीन लोटी जिन्ना बंदिया मातम करना मेरे अल वेखे बड़ी साहब दा मैने शिमर हराम दादा पे झिझक पे धड़क नेजा लेके आलिया दे खेमे दे विच आया चन बेहतर करी मैं मैण करा अली दी दी खेमा तब्दील कीते कुत्ता पिछे आया आलिया अगले खेमे र गई है कुत्ता पिछे आया जेड़े वेले खेमे मुक गए जिवें भैणा भीरावां नाल गल्लां कर दियां ना दोवें हथ सिर ते रख गया दी गादी वीर
लाज उठिए आदे हुकम कर आलिया रो रो के आदिए के जामा मजूमा को मरेंदा है मेरी चादर लुटेंदा है मजूमा को मरेंदा है मेरी चादर लुटेंदा है गादी बनावट का बल ही नहीं आया माहौल योजना हो गया पहले मातमिया शबीर का अकबर का जलीर दाना चाना मैं सैन पुलसा दे क्यों मैं बना जड़ा मैं करबला पढ़िया या सैयदा जितने बंदे हल्के दे मातमी हो गवाई दे हो हल्के दे मातमी तेरा हाथ न पड़ा कोई नहीं किस्मत अली दिया धिया दिया चादर लुटा के तो तहीर दा काबा वफा दे रब्बो रबाब दी लाट आईए गालिया दे किमें बदी निबदी आई आदिए मेरे अलवे वीर वे बाल खोल गए नी भेड़ी दे बाल रोल गए नी वीर वे ਕੋਲ ਗਏ ਨੀ ਭੈਣੀ ਦੇ ਬਾਲ ਰੋਲ ਗਏ ਨੀ ਕਰ ਦੋ ਵਾਹ ਜਿਹੜੇ ਉੱਠੀ ਕੇ ਪਿੱਟਦੇ ਪਾਇਓ ਵੀਰ ਬਾਲ ਕੋਲ ਗਏ ਨੀ ਭੈਣੀ ਦੇ ਬਾਲ ਰੋਲ ਗਏ ਨੀ ਵੀਰ ਬਾਲ ਕੋਲ ਕਰੋ ਮਾਤਮ ਸਰ ਤੇ ਅਲੀ ਦੀ